bravo Nadia. देखो जी देखो पटी साहब देखो कितना साफ पानी है, कितना साफ पानी है, खाली जमीन नजर आ रही है, मतलब क्या बात है पटी साहब, नजर आ रहे हैं थलो ऐ दुए ऐ मोहतरम और दूजे मोहतरम की ना है उन्होंने जनार्दन ऐ वो की कितों ना अब सी हैं मकरान था ਜਾ ਰਿਹਾ ਤੇ ਪਿਆ ਕਹਿੰਦਾ ਵੇਖਿਆ ਸਾਡੇ ਵੀਡੀਓ ਕੋਈ ਬਣਦੀ ਇੱਕ ਹੱਥ 'ਚ ਫੜੇ ਆ ਇਹਨੇ ਅੱਜ ਕਰਕੇ ਤੇ ਜਾਂਦਾ ਪਿਆ ਅੱਛਾ ਇਹ ਜਨਾਬ ਨੇ ਬਣਾਏ ਆ ਪਾਣੀ ਟੱਕਰ ਵਾਸਤੇ ਠੀਕ ਹੈ ਜਿਹੜਾ ਪਾਣੀ ਤੇ ਐਕਸਟਰਾ ਪਾਣੀ ਆ ਪਰ ਹੋ ਜਾਂਦਾ ਬਾਦਸ਼ਾਹ ਬੋਸ਼ਾਂ ਆਉਂਦੀਆਂ ਨੇ ਜ਼ਿਆਦਾ ਪਾਣੀ ਆਉਂਦਾ ਜਿਸ ਸਮ ਇੱਥੋਂ ਫਿਰ ਇਹ ਇੱਧਰ ਜਾਣ ਲੱਗ ਪੈਂਦਾ ਦੇਖਿਆ ਇਸ ਤਰ੍ਹਾਂ ਨਹਿਰ ਦੀ ਬਣੀ ਠੀਕ ਹੈ ਇਹ ਜਾ ਰਹੀ ਆ ਅੰਦਰ ਠੀਕ ਹੈ ਅਵਰ ਹੋ ਜਾਂਦਾ ਜਿਹੜਾ ਪਾਣੀ ਇੱਧਰ ਇਹ ਥੱਲੇ ਪੈਪ ਲਾਇਆ ਇਹਨਾਂ ਨੇ ਅੱਛਾ ਇਸ ਟਾਈਮ ਹੁਣ ਪਾਣੀ ਥੋੜ੍ਹਾ ਜ਼ਿਆਦਾ ਨਾ ਅਦਰੂ ਵਾਲ ਖੋਲ੍ਹੇ ਆ ਨੇ ਇਹ ਦੇਖੋ ਨਾ ਇਹ ਵਾਲਾ ਮਾਰੋ ਕੈਮਰਾ ਠੀਕ ਹੈ ਇੱਥੋਂ ਸਾ ਪਾਣੀ ਇੱਧਰ ਜਾ ਰਿਹਾ ਜੀ ਠੀਕ ਹੈ ਮੈਂ ਪਹਿਲੇ ਵੀ ਆਇਆ ਤਾਂ ਵਾਲ ਬੰਦ ਆ ਹੋਰ ਖੋਲ੍ਹਿਆ ਨਹੀਂ ਜੀ ਇਹ ਪੈਪ ਜਿਹੜਾ ਲੱਗਿਆ ਭੜਕਾ ਜੀ ਜੀ ਪਾਣੀ ਉੱਤੇ ਕਿਉਂ ਜਾਂਦਾ ਉੱਤੇ ਕਿਉਂ ਜਾਂਦਾ ਹਾਂ ਪਾਣੀ ਜ਼ਿਆਦਾ ਨਾ ਪਾਣੀ ਜਿਸ ਤਰ੍ਹਾਂ ਪੈਪ ਦੇ ਵਿੱਚ ਤਾਂ ਚੜ੍ਹੇ ਆ ਕਿਉਂ ਨਹੀਂ ਚੜ੍ਹੇ ਤੁਸੀਂ ਕੋਈ ਵੀ ਪੈਪ ਹੈ ਦੇ ਵਿੱਚ ਪਾਓ ਤੇ ਪਾਣੀ ਦਾ ਚਾਰ ਆਵੇਗਾ ਨਹੀਂ ਮੈਂ ਹੁਣ ਇਸ ਪੈਪ ਹੈ ਦੇ ਵਿੱਚ ਦਾ ਪਾਣੀ ਦਾ ਕਿੰਜ ਆਵੇ ਕਿਉਂਕਿ ਉਹ ਉਪਰਾਂ ਤੇ ਆਮ ਨਹੀਂ ਆਵੇ ਪਾਣੀ ਉਤੋਂ ਕਿੰਜ ਉੱਤੇ ਆ ਰਿਹਾ ਹੈ ਪਾਣੀ ਚੱਲ ਗਿਆ ਯਾਰ ਤੁਸੀਂ ਉਹਦੀ ਪੈਪ ਨਾਲ ਪਾਣੀ ਖਿੱਚ ਲੈਂਦੇ ਹੋ ਅੱਛਾ ਪਾਣੀ ਚੱਲ ਗਿਆ ਹੁਣ ਉਹਨੇ ਸਦਾ ਚੱਲਦਾ ਰਹਿਣਾ ਹੈ ਠੀਕ ਹੋ ਗਿਆ ਨਹੀਂ ਜੀ ਦੱਸੋ ਨਾ ਕਿ ਤੁਸੀਂ ਆ ਰਹੇ ਪਾਣੀ ਉਤੋਂ ਦੀ ਕੱਢ ਰਹੇ
ਜਾਓ ਜੀ ਪਟ ਸਾਹਿਬ ਨਾਲ ਜਾ ਕੇ ਨਾ ਖੇਡੋ ਚੱਲੇ ਜੀ ਕੋਈ ਗਾਣਾ ਸੁਣਾ ਜੀ ਜੇ ਪਾਕਿਸਤਾਨ ਕੇ ਕੁਮਾਰ ਸਾਨੂੰ ਹੈ ਜੀ ਇਨਕੋ ਸ਼ਰਮ ਆ ਰਹੀ ਗਾਣਾ ਗਾਤੇ ਹੋਏ ਵੈਸੇ ਹੀ ਸਾਰਾ ਦਿਨ ਅੰਤ ਚੁੱਕ ਕੇ ਰੱਖਦੇ ਹਾਂ ਰਾਮ ਨਾਥ ਕੀ ਵੇਖਣਾ ਹੈ ਮੱਛੀ ਕਿੱਥੇ ਹੀ ਸਾਨੂੰ ਵੀ ਤੇਰੇ ਚੱਕਰਾਂ 'ਚ ਅਸੀਂ ਇੱਥੇ ਆਏ ਹਾਂ ਏਯ ਚੱਪੂ ਵੇਖ ਲਓ ਤਾਂ ਕਿੱਥੇ